ਰੈਡੀ ਪੰਜਾਬ ਉੱਪਰ ਕਬਜ਼ਾ ਕਰਨ ਦੇ ਫੌਰੀ ਪਿੱਛੋਂ ਬਰਤਾਨਵੀ ਹੁਕਮਰਾਨਾਂ ਨੇ ਆਪਣਾ ਪ੍ਰਭਾਵ ਵਧਾਉਣ ਖਾਤਰ ਅੰਮ੍ਰਿਤਸਰ ਨੂੰ ਇਸ ਦੇ ਮਹੱਤਵ ਕਰਕੇ ਵਿਸ਼ੇਸ਼ ਤੌਰ ਉੱਤੇ ਚੁਣਿਆ ਕਿਉਂਕਿ ਇਹ ਸਿੱਖ ਧਰਮ ਅਤੇ ਸੱਭਿਆਚਾਰ ਦਾ ਕੇਂਦਰ ਸੀ ਅਤੇ ਸਿੱਖਾਂ ਕੋਲੋਂ ਹੀ ਉਹ ਸਭ ਤੋਂ ਵੱਡਾ ਖਤਰਾ ਪਾਪ ਰਹੇ ਸਨ ਡੰਡੀ ਅੰਗਰੇਜ਼ੀ ਤਰੀਕੇ ਨਾਲ ਰਾਜ ਪ੍ਰਬੰਧ ਚਲਾਉਣ ਲਈ ਵੱਖ-ਵੱਖ ਦਫ਼ਤਰਾਂ ਦੀ ਲੋੜ ਸੀ ਜਿੰਨਾਂ ਲਈ ਨਵੀਆਂ ਇਮਾਰਤਾਂ ਸੜਕਾਂ ਬਸਤੀਆਂ ਵਿਦਿਅਕ ਅਧਾਰਿਆਂ ਹਸਪਤਾਲਾਂ ਲਾਇਬ੍ਰੇਰੀਆਂ ਆਦ ਦੀ ਲੋੜ ਸੀ ਡੰਡੀ ਪਹਿਲਾ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ 1852 ਕਿਤੇ 1853 ਇਸਵੀ ਵੀ ਲਿਖਿਆ ਮਿਲਦਾ ਹੈ ਵਿੱਚ ਸਥਾਪਿਤ ਹੋਇਆ ਅਤੇ ਭਾਈ ਵੀਰ ਸਿੰਘ ਨੇ ਸ਼ਾਇਦ ਇਸੇ ਸਕੂਲ ਵਿੱਚੋਂ ਹੀ 10ਵੀਂ ਪਾਸ ਕੀਤੀ ਸੀ ਡੰਡੀ ਇਸੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਇਸਾਈ ਬਨਣ ਦੀ ਇੱਛਾ ਪ੍ਰਗਟ ਕੀਤੀ ਜਿਸ ਦੇ ਪ੍ਰਤੀਕਰਮ ਵਜੋਂ ਸਿੰਘ ਸਭਾ ਦਾ ਮੁੱਢ ਅੰਬਰਤ ਸਰ ਤੋਂ ਹੀ ਵੱਜਾ ਸੀ ਡੰਡੀ ਜਿਵੇਂ ਇਸਲਾਮ ਵਿੱਚ ਮਸਜਿਦਾਂ ਦੇ ਉੱਚੇ-ਉੱਚੇ ਮਿਨਾਰ ਇਸ ਦੀ ਸਰ ਉਲੰਦੀ ਦਾ ਪ੍ਰਤੀਕ ਮੰਨੇ ਜਾਂਦੇ ਹਨ ਤੇਵੇਂ ਇਸਾਈਆਂ ਵਿੱਚ ਘੰਟਾ ਘਰ ਵੀ ਸ਼ਕਤੀ ਪ੍ਰਦਰਸ਼ਨ ਦਾ ਹੀ ਕੰਮ ਕਰਦੇ ਸਨ ਬੇਸ਼ੱਕ ਇਹਨਾਂ ਵਿੱਚ ਲੱਗੀਆਂ ਵੱਡੀਆਂ-ਵੱਡੀਆਂ ਕੜੀਆਂ ਸਮੇਂ ਦਾ बोध ਵੀ ਕਰਵਾਉਂਦੀਆਂ ਹਨ ਡੰਡੀ ਮਿਸ਼ਨ ਸਕੂਲ ਖੁੱਲਣ ਤੋਂ ਤਕਰੀਬਨ ਇੱਕ ਦਹਾਕਾ ਬਾਅਦ ਸ੍ਰੀ ਹਰਮੰਦਰ ਸਾਹਿਬ ਦੇ ਉੱਤਰ ਵੱਲ ਘੰਟਾ ਘਰ ਉਸਾਰਿਆ ਗਿਆ ਅਤੇ ਨਾਲ ਹੀ ਇਸ ਵਿੱਚ ਦਾਖਲ ਹੋਣ ਲਈ ਰਸਤਾ ਬਣਾਇਆ ਗਿਆ ਡੰਡੀ ਇੱਥੇ ਇਹ ਵਰਣਨਯੋਗ ਤੱਥ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਰਮੰਦਰ ਸਾਹਿਬ ਰੈਡੀ ਲਈ ਪ੍ਰਵੇਸ਼ ਦੁਆਰ ਪੱਛਮ ਵਾਲੇ ਪਾਸੇ ਸੀ ਡੰਡੀ ਘੰਟਾ ਘਰ ਉਸਾਰਨ ਲਈ ਕੁਝ ਜ਼ਮੀਨ ਪ੍ਰਕਰਮਾ ਵਿੱਚੋਂ ਵੀ ਲਈ ਗਈ ਸੀ ਡੰਡੀ ਮਗਰੋਂ ਇਸ ਨੂੰ ਕੰਟਾਕਰ ਵਾਲਾ ਦੁਆਰ ਵੀ ਕਿਹਾ ਜਾਂਦਾ ਹੈ ਜੋ ਅੱਜ ਤੱਕ ਵੀ ਪ੍ਰਚਲਿਤ ਹੈ ਡੰਡੀ ਬਾਜ਼ਾਰ ਮਾਈ ਸੇਵਾ ਦਾ ਪੂਰਵ ਵਾਲਾ ਹਿੱਸਾ ਇਹੋ ਕੰਟਾਕਰ ਸੀ ਡੰਡੀ ਯਾਦ ਰਹੇ ਕਿ ਲੁਧਿਆਣਾ ਵੀ ਕੰਟਾਕਰ ਬਣਾਇਆ ਗਿਆ ਸੀ ਡੰਡੀ ਪਾਕਿਸਤਾਨ ਵਿੱਚ ਰਹਿ ਗਿਆ ਸ਼ਹਿਰ ਲਾਇਲਪੁਰ ਜੋ ਕਿ ਅੰਗਰੇਜ਼ ਲੈਫਟੀਨੈਂਟ ਗਵਰਨਰ ਨੇ ਬਸਾਇਆ ਸੀ ਡੰਡੀ ਉਸ ਵਿੱਚ ਵੀ ਘੰਟਾ ਘਰ ਸ਼ਹਿਰ ਦੇ ਕੇਂਦਰ ਵਿੱਚ ਉਸਾਰਿਆ ਗਿਆ ਸੀ ਜਿੱਥੇ ਆ ਕੇ ਸਾਰੇ ਬਾਜ਼ਾਰ ਖਤਮ ਹੁੰਦੇ ਜਾਂ ਰਲਦੇ ਸਨ ਡੰਡੀ ਅੰਮ੍ਰਿਤਸਰ ਵਿੱਚ ਕੋਤਵਾਲੀ ਟਾਊਨ ਹਾਲ 1863 64 ਵਿੱਚ ਉਸਾਰੀ ਗਈ ਡੰਡੀ ਇੱਥੇ ਹੀ ਕਿ ਹੋਰ ਸਕੂਲ ਖੋਲਿਆ ਗਿਆ ਜਿਸ ਨੂੰ ਟਾਊਨ ਹਾਲ ਵਾਲਾ ਸਕੂਲ ਹੀ ਕਿਹਾ ਜਾਂਦਾ ਰਿਹਾ ਹੈ ਡੰਡੀ ਥੋੜਾ ਚਿਰ ਹੋਇਆ ਇਹ ਸਕੂਲ ਢਾ ਕੇ ਇਸ ਥਾਂ ਪਾਰਕਿੰਗ ਬਣਾਈ ਗਈ ਡੰਡੀ ਜਿੰਨਾ ਚਿਰ 1876 ਵਿੱਚ ਕਚਹਿਰੀ ਦੀ ਨਵੀਂ ਬਿਲਡਿੰਗ ਨਹੀਂ ਬਣੀ ਉਹਨਾਂ ਚਰ ਬਹੁਤੇ ਪ੍ਰਬੰਧਕੀ ਦਫਤਰ ਇੱਥੇ ਹੀ ਰਹੇ ਡੰਡੀ ਇਮਾਰਤਾਂ ਬਣਨ ਤੋਂ ਪਹਿਲਾਂ ਇਸ ਥਾਂ ਪਾਣੀ ਦੀ ਟਾਬ ਹੁੰਦੀ ਸੀ ਜਿਸ ਵਿੱਚ ਭਰਤੀ ਪਾ ਕੇ ਥਾਂ ਪੱਧਰਾ ਕੀਤਾ ਗਿਆ ਡੰਡੀ ਟਾਊਨ ਹਾਲ ਕੋਤਵਾਲੀ ਦੇ ਪੂਰਬ ਵੱਲ ਅੱਗੇ ਕਰਕੇ ਚਿੱਟੇ ਸੰਗਮਰ ਮਰ ਦਾ ਬਣਿਆ ਮਹਾਰਾਣੀ ਵਿਕਟੋਰੀਆ ਦਾ ਬੁੱਤ ਸਥਾਪਿਤ ਕੀਤਾ ਗਿਆ ਅਤੇ ਜਿਸ ਚੌਕ ਅੱਜ ਕੱਲ ਫੁਹਾਰਾ ਚੌਕ ਵਿੱਚ ਇਹ ਬੁੱਤ ਲੱਗਾ